ਭਾਜੀ ਇੱਥੇ ਮੈਂ ਮਤਲਬ ਕੁੱਜਾ ਲਾਇਆ, ਨਾਲ ਪਰਾਤ ਲਈ, ਨਾਲ ਸਲਾਦ ਲਈ, ਦਹੀਂ ਭੱਲੇ ਲਾਇਆ। ਹੁਣ ਮੈਂ ਉਹ ਪਿਆਲਾ ਲੱਭ ਰਿਹਾ ਜਿਹਦੇ 'ਚ ਤੁਹਾਡੇ ਲਈ ਬਣਾਵਾਂ। ਲੈ ਵੀ ਹਮਾਦ ਬਾਈ ਆ ਜਾ ਇੱਧਰ, ਜਿਹੜਾ ਗਾਹ ਗਾਵੇ ਨਾ ਉਹਨੂੰ ਵਾਹਲੇਕਮ ਅਸਲਾਮ ਬਿਸਮਿਲ੍ਲਾ। ਭਾਅ ਜੀ ਕੀ ਹਾਲ, ਠੀਕ ਹੋ? ਭਾਅ ਜੀ ਇੱਥੇ ਮੈਂ ਮਤਲਬ ਕੁੱਜਾ ਲਾਇਆ, ਨਾਲ ਪਰਾਤ ਲਈ, ਨਾਲ ਸਲਾਦ ਲਈ, ਦਹੀਂ ਭੱਲੇ ਲਾਏ ਨੇ। ਸਾਰਿਆਂ ਨੂੰ ਪਤਾ ਕੀ ਲਾਇਆ? ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਕੀ ਮਤਲਬ ਫਰੂਟ ਚਾਟ ਤੇ ਕੋਈ ਨਹੀਂ ਹੋਣੀ ਲੱਗਦਾ, ਆਲੂ ਛੋਲੇ ਨੇ ਦੇ ਨਾਲ ਦਹੀਂ ਭੱਲੇ। ਭਾਅ ਜੀ ਇਹਨੂੰ ਕਹਿੰਦੇ ਜੀ ਚਨੇ ਚਾਟ ਤੇ ਦਹੀਂ ਭੱਲੇ। ਕਿੰਨੇ ਦਾ ਪਿਆਲਾ, ਛੋਟਾ ਤੇ ਵੱਡਾ? ਇਹ ਪਿਆਲਾ ਭਾਅ ਜੀ 80 ਰੁਪਏ ਦਾ। 80 ਰੁਪਏ ਦਾ? ਹਾਂਜੀ। ਇੱਕ ਪਿਆਲਾ ਲਾ ਦੇ ਯਾਰ, ਫਿਰ ਮਿਰਚਾਂ ਹਲਕੀਆਂ ਰੱਖੀ ਲਾ ਦੇ, ਇੱਕ ਪਿਆਲਾ ਤੇ ਮਿੱਠੀ ਚਟਨੀ ਜਰਾ ਵੱਧ ਲਾਈ। ਇਹ ਕਿਹਦੇ ਲਈ ਬਣਾਉਣਾ ਜੀ? ਇਹ ਮੇਰੇ ਵਾਸਤੇ ਬਣਾਉਣਾ। ਤੁਸੀਂ ਖਾਣਾ? ਹਾਂ। ਤੇ ਇੱਕ ਮਿੰਟ ਠਹਿਰ ਯਾਰ, ਤੁਸੀਂ ਆਪ ਖਾਣਾ ਜੀ? ਮੈਂ ਆਪ ਖਾਣਾ, ਅਸੀਂ ਨਹੀਂ ਵੇਚਣਾ। ਭਾਅ ਜੀ ਖਾਲੀ ਕਰ ਯਾਰ। ਉਹ ਭਾਅ ਜੀ ਅੱਗੇ ਰੇੜੀ ਲੱਗੀ, ਉੱਥੋਂ ਖਾ ਲਓ। ਯਾਰ ਵੱਡਾ ਪਿਆਲਾ ਲਾ ਕੇ ਦੇ ਤੇਰੀ ਮਿਹਰਬਾਨੀ। ਤੁਸੀਂ ਪਿਆਲਾ ਨਾ ਪੁੱਛੋ, ਜਿੱਡਾ ਤੁਹਾਡਾ ਢਿੱਡ ਹੈ, ਜਿੱਡਾ ਤੁਹਾਡਾ ਮੂੰਹ ਹੈ, ਤੁਸੀਂ ਪੁੱਛੋ ਵੱਡੀ ਪਰਾਤ ਕਿੰਨੇ ਦੀ, ਛੋਟੀ ਪਰਾਤ ਕਿੰਨੇ ਦੀ, ਇਹ ਵੱਡਾ ਕੁੱਜਾ ਕਿੰਨੇ ਦਾ, ਛੋਟਾ ਕੁੱਜਾ ਕਿੰਨੇ ਦਾ, ਇਹ ਸਾਰੀ ਰੇੜੀ ਮੈਂ ਖਾਣੀ ਹੈ, ਉਹਦੇ ਕਿੰਨੇ ਪੈਸੇ, ਇਹ ਪੁੱਛੋ ਤੁਸੀਂ। ਮੈਨੂੰ ਇੱਕ ਪਿਆਲਾ ਚਾਹੀਦਾ ਬਸ, ਇੱਕ ਪਿਆਲਾ ਤੇ ਵੱਧ ਤੋਂ ਵੱਧ ਭੁੱਖ ਲੱਗੀ ਤੇ ਦੂਸਰਾ ਪਿਆਲਾ ਖਾ ਲਾਂਗਾ, ਇਸ ਤੋਂ ਬਾਅਦ ਮੈਂ ਕਿੱਥੇ ਖਾਣਾ ਇਹਨੇ। ਇੱਕ ਪਿਆਲਾ ਲਾ ਕੇ ਤੇ ਮਿਰਚਾਂ ਹਲਕੀਆਂ ਰੱਖੀ ਮੇਰਾ ਭਰਾ। ਹੁਣ ਮੈਂ ਉਹ ਪਿਆਲਾ ਲੱਭ ਰਿਹਾ ਜਿਹਦੇ 'ਚ ਤੁਹਾਡੇ ਲਈ ਬਣਾਵਾਂ। ਛੁੱਟੀ ਕਰ ਲਾਂਗੇ ਫਿਰ। ਭਾਜੀ 80 ਰੁਪਏ ਦਾ ਪਿਆਲਾ, ਕਿੰਨੇ ਪਿਆਲੇ ਲਾਉਣੇ ਜੀ? ਉਹ ਇੱਕ ਪਿਆਲਾ ਲਾਣਾ, ਇੱਕ ਪਿਆਲਾ। ਭਾਜੀ ਇੱਕ ਨਾਲ ਤੇ ਤੁਹਾਡੀ ਦਾੜ ਵੀ ਨਹੀਂ ਗਿੱਲੀ ਹੋਣੀ, ਜਾਂ ਤੇ ਫਿਰ ਕਹੋ ਨਾ 30-35 ਪਿਆਲੇ ਲਵਾਣੋ। ਇਤਰਾਜ਼ ਕਰਦਾ ਕੀ ਗੱਲ, ਤੁਸੀਂ ਖਾ ਲਓ, ਮਿੱਠੀ ਚਟਨੀ ਪਾਉਣੀ ਜੇਬ ਚ ਪਾ ਦੇ, ਥੋੜੀ ਚਟਨੀ ਪਿਆਲੇ ਚ ਪਾ ਕੇ ਦੇ, ਪਿਆਲੇ ਚ ਪਾ ਕੇ ਦੇ ਯਾਰ। ਚਮਚ ਚਾਹੀਦਾ ਭਾਜੀ ਕਿ ਇੰਜੀ ਸੁੱਟਣਾ ਜੀ? ਆ ਮੂੰਹ ਖੋਲ ਕੇ ਜਿਵੇਂ ਰੈਡੀਟਰ ਚ ਪਾਣੀ ਨਹੀਂ ਪਾਈਦਾ। ਹੁਣ ਤਾਂ ਗਾਹ ਕਿਹੜੀ ਸ਼ਾਣਾ ਨਾਲ ਖਾਂਦੇ ਨੇ, ਚਮਚੇ ਨਾਲ ਹੀ ਖਾਂਦੇ ਨੇ ਨਾ? ਹਾਂਜੀ ਚਮਚੇ ਨਾਲ ਖਾਂਦੇ, ਚਮਚੇ ਨਾਲ ਦਿਓ ਫਿਰ। ਤੇ ਭਾਜੀ ਉਹ ਆਮ ਗਾਹਕ ਹੁੰਦੇ, ਤੁਹਾਡਾ ਮੂੰਹ ਤੇ ਵੇਲਚੇ ਵਾਲਾ ਜੀ। ਹੈਲੋ ਭਾਜੀ, ਯਾਰ ਤੁਸੀਂ ਬੰਦਾ ਪਹਿਲੇ ਕਦੇ ਨਹੀਂ ਵੇਖਿਆ ਏਡਾ ਮੋਟਾ, ਕਿਉਂਕਿ ਮੈਂ ਬੰਦਾ ਹੀ ਹੈਗਾ ਵਾ, ਜੇ ਚਣੇ ਖਾਣ ਆ ਹੀ ਗਿਆ ਤੇ। ਮੈਂ ਕਿਹਾ ਬੰਦਾ ਅੱਗੇ ਲੱਗਦਾ ਮੱਝ ਸਿੱਧੀ ਕਰਾਈ। ਕਹੋ ਭਾਜੀ। ਅੱਛਾ ਭਾਜੀ ਗੱਲ ਸੁਣੋ, ਤੁਸੀਂ ਖਾ ਤਾਂ ਲੈਣੇ ਨੇ ਤੇ ਇਹ ਮਤਲਬ ਢਿੱਡ ਭਰ ਜਾਏਗਾ ਤੁਹਾਡਾ, ਇਹਦੇ ਮੈਨੂੰ ਨਹੀਂ ਲੱਗਦਾ ਇੰਜ ਤੁਸੀਂ ਪੂਰਾ ਕਰ ਲਓਗੇ। ਪੈਸੇ ਲੈਣੇ ਨੇ ਮੇਰੇ ਕੋਲੋਂ? ਹਾਂਜੀ ਪੈਸੇ ਲੈਣੇ ਨੇ। ਤੇ ਫਿਰ ਮੈਨੂੰ ਦੇ, ਮੈਨੂੰ ਖਾ ਲੈਣ ਨੂੰ, ਮੇਰੇ ਹੱਥੋਂ ਖੋਣਾ ਪਿਆ। ਪੈਸੇ ਪਹਿਲੇ ਦੇ ਦਿਓ ਭਾਜੀ ਤੁਸੀਂ। ਮੈਂ ਦੇ ਦਿੰਦਾ ਵਾ ਪੈਸੇ, ਕੀ ਹੋ ਗਿਆ? ਤੁਹਾਡੇ ਵਰਗੇ ਬੰਦੇ ਕਾ ਕੇ ਕਹਿੰਦੇ ਹੁੰਦੇ ਲੱਭੋ ਹਾਂ ਕਿੱਥੇ, ਮੈਂ ਫਿਰ ਦੇ ਦਿੰਦਾ ਪੈਸੇ। ਤੁਸੀਂ ਮੁੱਕਰ ਜਾਂਦੇ ਮੁੜ ਕੇ, ਮੈਂ ਤੁਹਾਡਾ ਅਲਟਰਾਸਾਊਂਡ ਕਰਾਉਂਦਾ ਫਿਰਾਂ ਵੀ ਇਹ ਵਿੱਚ ਭੱਲੇ ਫਿਰਨ ਦੇ। ਭਾਜੀ ਤੁਸੀਂ ਪਹਿਲਾਂ ਪੈਸੇ ਦੇ ਦਿਓ, ਫਿਰ ਤੁਹਾਨੂੰ ਭੱਲੇ ਦੇ ਦਿਓ। ਯਾਰ ਮਖੌਲ ਨਾ ਕਰ, ਬੜੀ ਭੁੱਖ ਲੱਗੀ ਤੇਰੀ ਮਿਹਰਬਾਨੀ, ਉਰਾਂ ਦੇ ਮੈਨੂੰ। ਚਲੋ ਠੀਕ ਹੈ, ਤੁਸੀਂ ਪੈਸੇ ਦੇ ਦਿਓ ਨਾ 80 ਰੁਪਏ। ਉਹ ਦੇ ਦਿੰਦਾ ਮੈਂ ਪੈਸੇ, ਪਹਿਲੇ ਖਾ ਦੇ ਲੈਣ ਦੇ। ਚਲੋ ਤੁਸੀਂ ਖਾਓ, ਲੇਕਿਨ ਇੱਥੇ ਨਾ ਕਰੋ, ਪੈਸੇ ਪਹਿਲੋ ਭਾਅ ਜੀ ਅਗਰ ਦੇ ਦਿਓ ਨਾ, ਤੇ ਮੇਰਾ ਮਤਲਬ ਹਿਸਾਬ ਹੁੰਦਾ ਹੈਗਾ ਨਵਾਂ, ਅਸੀਂ ਰੇੜੀ ਲਾਈਏ ਭਾਅ ਜੀ, ਗਰੀਬ ਆਦਮੀ, ਤੁਸੀਂ ਸਿਹਤਮੰਦ ਬੰਦੇ, ਤੁਹਾਡੇ ਨਾਲ ਲੜ ਵੀ ਨਹੀਂ ਸਕਦੇ ਅਸੀਂ। ਯਾਰ ਮੈਨੂੰ ਨਾ ਇਹ ਖਾ ਲੈਂਦੇ, ਮੈਨੂੰ ਬਹੁਤ ਭੁੱਖ ਲੱਗੀ ਹੈ, ਖਾ ਕੇ ਪੈਸੇ ਦੇ ਕੇ ਜਾਵਾਂਗਾ, ਨਾਸਤੇ ਨਹੀਂ ਚੱਲਣਾ ਮੈਂ। ਅੱਛਾ ਚਲੋ ਠੀਕ ਹੈ, ਪੈਸੇ ਦੇ ਦੇਗਾ ਯਾਰ ਹਮਾਦ, ਆਪਣਾ ਹੀ ਬੰਦਾ ਕੋਈ ਨਹੀਂ। ਐਵੇਂ ਅਜੀਬ ਗੱਲਾਂ ਕਰਦੇ ਤੇ ਤੁਹਾਡੇ ਕੋਲ 80 ਰੁਪਏ ਹੈ ਵੈਸੇ ਭਾਅ ਜੀ, ਪਹਿਲੇ ਦਿਖਾਓ ਤਾਂ ਸਹੀ ਨਾ। ਚਲੋ ਦਿਖਾ ਦਿਓ, ਦੇ ਭਾਵੇਂ ਬਾਅਦ 'ਚ ਦੇਣਾ, ਦਿਖਾ ਦਿਓ ਮੈਨੂੰ ਕਿ ਹੈ ਨਹੀਂ। ਹਾਂ ਯਾਰ ਇਤਬਾਰ ਦੀ ਨਾ ਦੁਨੀਆ ਨਹੀਂ ਰਹੀ। ਸਹੀ ਹੈ, ਐਤਵਾਰ ਦੀ ਨਹੀਂ, ਪੀਰ ਦੀ ਨਹੀਂ ਰਹੀ, ਮੰਗਲ ਦੀ ਨਹੀਂ ਰਹੀ, ਬੁੱਧ ਦੀ ਨਹੀਂ ਰਹੀ, ਜੁਮੇਰਾਤ ਦੀ ਨਹੀਂ ਰਹੀ, ਤੁਸੀਂ ਕੱਢ ਲਓ ਨਾ 100 ਫੜਾ ਦਿਓ। ਮੈਂ ਅੱਛਾ ਹੱਥ ਰੱਖ ਲਓ ਤੁਸੀਂ, ਹੈਗਾ ਜੀ 100 ਰੁਪਈਆ ਹੈਗਾ ਜੀ।
ਮੇਰੇ ਹਿੱਸੇ ਤੋਂ ਸਾਰਾ ਮੱਖੀਆਂ ਨੇ ਖਾਇਆ ਨਾ ਵਿੱਚ। ਤੇ ਭਾਜੀ ਤੁਹਾਡੇ ਲਈ ਆਮ ਬੰਦੇ ਨੂੰ ਮੈਂ ਮੱਖੀ ਪਾ ਕੇ ਨਹੀਂ ਦਿੰਦਾ, ਤੇ ਤੁਸੀਂ ਮੇਰੇ ਸਪੈਸ਼ਲ ਗਾਹਕ ਹੋ ਇਸ ਲਈ ਦੋ ਮੱਖੀਆਂ ਸਪੈਸ਼ਲ ਪਾ ਕੇ ਦਿੱਤੀਆਂ। ਇਹ 100 ਰੁਪਏ ਮੈਨੂੰ ਫੜਾ ਦਿਓ। ਮੈਨੂੰ ਯਾਰ ਮੈਂ ਦਹੀਂ ਭੱਲੇ ਭੱਲੇ ਖਾਵਾਂਗਾ, ਵੇਖਾਂਗਾ ਕਿ ਹੈ ਵੀ ਹੈ ਨਾ ਕਿ ਨਹੀਂ। ਏਡਾ ਸੌਂ ਕੇ ਅੱਛਾ ਮਿੱਠੀ ਚਟਨੀ ਪਾਈ ਸੀ ਨਾ ਵਿੱਚ? ਪਾਈ ਪਾਈ ਸੀ, ਹੋਰ ਨਾ ਮਿੱਠੇ ਕਰਦੀ। ਐ ਲੈ ਹੋਰ ਥੋੜਾ ਜਿਹਾ ਪਾ ਦਿੰਦੇ ਭਾਜੀ। ਪਤਾ ਕੀ, ਇਹ ਦੇ ਦਿਓ ਮੈਨੂੰ ਪੈਸੇ, ਦੇ ਦਿਓ। ਮੈਂ ਦੇਵਾਂਗਾ ਪੈਸੇ, ਪਹਿਲੇ ਮੈਨੂੰ ਦਹੀਂ ਭੱਲੇ ਖਾ ਲੈਂਦੇ। ਲੈ ਭੱਲੇ ਯਾਰ, ਉਹ ਖਾ ਹੀ ਲੈਣੇ ਜਦੋਂ ਬਣਾ ਜਾਓ ਦਿੱਤੇ ਤੁਹਾਡੇ ਲਈ, ਤੇ ਖਾ ਹੀ ਲੈਣੇ ਦਿਓ ਪੈਸੇ। ਯਾਰ ਕਿਉਂ ਤਰਸਾਨਾ ਪਿਆ, ਮੈਨੂੰ ਤੂੰ ਦਹੀਂ ਭੱਲੇ ਦੇ, ਮੈਂ ਚੈੱਕ ਕਰਦਾ। ਇੱਕ ਮਿੰਟ ਠਹਿਰ ਜਾ। ਸਹੀ ਹੈ ਨਾ? ਲੈ ਦੇ ਪੈਸੇ, ਦੇ ਨਾ ਪੈਸੇ, ਤੇਰੀ ਮਿਹਰਬਾਨੀ। ਉਹ ਯਾਰ ਦੇਣਾ ਵਾ ਪੈਸੇ ਮੈਨੂੰ, ਪਹਿਲਾਂ ਦਹੀਂ ਭੱਲੇ ਦਿਖਾ ਲੈ। ਦਹੀਂ ਭੱਲੇ ਫੜ ਖਾ, ਡਿੱਗ ਜਾਣ ਥੱਲੇ ਪੈਸੇ। ਮੇਰੀ ਸੁਣ ਲੈ, ਗਿੱਲੇ ਹੋ ਜਾਣੇ 100 ਰੁਪਈਆ। ਯਾਰ ਮੈਂ ਇਹ ਫੜਾ, ਮੈਨੂੰ ਫੜਾ ਦੇਣਾ ਇਹ 20 ਰੁਪਏ ਮਾਤ ਬਕਾਇਆ ਦੇ ਦੇ ਭਾਈ। ਕੀ ਮਸਲਾ ਹੈਗਾ? ਕੀ ਹੋਇਆ, ਤੂੰ ਨਹੀਂ ਖਾ ਰਿਹਾ? ਮੈਂ ਪੈਸੇ ਦਿੱਤੇ ਨੇ ਆਪਣੇ ਸਲਵਾਏ ਨੇ, ਤੇਰੇ ਸਲਵਾਏ ਨੇ ਮੈਂ। ਤੇ ਤੂੰ ਆਪਣੀ ਸਾਈਡ ਤੋਂ ਖਾਈ ਜਾ। ਔਰ ਮੇਰੇ ਪੈਸੇ ਵਾਪਸ, ਮੈਂ ਨਹੀਂ ਖਾਣੇ ਹੈਗੇ। ਕਿਉਂ ਨਹੀਂ ਤੂੰ ਖਾਣੇ? ਲੈ ਖਾ ਹੁਣ। ਮੈਂ ਕਿਉਂ ਖਾਵਾਂ? ਤੂੰ ਨਹੀਂ ਖਾਣੇ ਚਾਚਾ ਜੀ? ਨਹੀਂ, ਉਹ ਮੈਂ ਅੱਧੇ ਅੱਧੇ ਪੈਸੇ ਪਾਏ ਸੀ। ਚਾਚੀ ਕਰਨਾ ਪਿਆ ਯਾਰ ਮੇਰੇ ਨਾਲ, ਚਾਚਾ ਵੀ ਰੇੜੀ ਵਾਲਾ ਬਣ ਗਿਆ। ਚਲ ਯਾਰ ਖਾ ਜਲਦੀ ਕਰ ਯਾਰ। ਵਿੱਚੋਂ ਨਾ ਮੈਨੂੰ 50 ਰੁਪਏ ਬਲਕਿ 40 100 ਰੁਪਏ ਦਿੱਤਾ ਨਾ ਮੈਂ, ਜਾਂ ਸਿਰਫ ਨਹੀਂ ਖਾਣੇ? ਤੂੰ ਉਂਝ ਕਹਿ ਦੂੰ ਮੈਂ ਨਹੀਂ ਖਾਣੇ, 20 ਰੁਪਏ ਦੇ ਦਿਓ ਬਾਕੀ। ਯਾਰ ਪੈਸੇ ਮੈਨੂੰ, ਪੈਸੇ ਪੂਰੇ ਵਾਪਸ 100 ਰੁਪਏ, ਮੈਂ ਨਹੀਂ ਲੈਣੇ 20-20 ਰੁਪਏ। ਕਿਉਂ ਕੀ ਗੱਲ? ਹਾਂਜੀ 100 ਰੁਪਏ ਵਾਪਸ, ਸਾਰੇ ਤਾਂ ਤੂੰ ਖਾਣਾ ਪਿਆ ਮੇਰੇ ਕੋਲੋਂ ਲੈ ਕੇ। ਪਹਿਲਾਂ ਪੜ ਲੈ ਯਾਰ, ਮਾਮੇ ਦਾ ਮੁੰਡਾ ਲੱਗਣਾ ਕਿ ਮੈਂ ਤੈਨੂੰ ਦਹੀਂ ਭੱਲੇ ਖਵਾਵਾਂ। ਯਾਰ ਮੈਂ ਨਹੀਂ ਖਾਣਾ, ਝੂਠੇ ਝੂਠੇ ਮੈਨੂੰ ਨਵਾਂ ਹੀ ਲਾ ਕੇ ਦੇ ਮੇਰਾ ਭਰਾ। ਨਵਾਂ ਹੀ ਇਹ ਸਾਲ ਹੋ ਗਿਆ ਇਹਨਾਂ ਨੂੰ। ਯਾਰ ਉਸਤਾਦ ਤੇਰੀ ਮਿਹਰਬਾਨੀ, ਨਾ ਦਿਮਾਗ ਖਰਾਬ ਕਰ, ਮੈਨੂੰ ਨਾ ਦੇ ਨਵੇਂ ਦਹੀਂ ਭੱਲੇ ਦੇ, ਜਾਂ ਮੇਰੇ ਪੈਸੇ ਵਾਪਸ ਦੇ। ਇਹ 20 ਰੁਪਏ ਫੜ ਨਾ ਤੂੰ, ਜੇਬ 'ਚ ਪਾ, ਮੈਂ ਉਨੀ ਦੇਰ ਖਾ ਲਵਾਂ। ਯਾਰ ਬਾਬਾ ਜੀ ਹੁਣ ਵੇਖੋ ਇਹ ਕਿਹੋ ਜਿਹੀ ਦੁਨੀਆ ਕੇ, ਪੈਸੇ ਵੀ ਮੇਰੇ ਲੱਗ ਰਹੇ ਨੇ ਤੇ ਦਹੀਂ ਭੱਲੇ ਵੀ ਉਹ ਖਾ ਰਿਹਾ। ਮੈਂ ਕੀ ਖੋਵਾਂ, ਉਹ ਸਾਰੇ ਤਾਂ ਖਾਈ ਜਾ ਰਿਹਾ, ਖੋਵਾਂ ਕੀ ਘੱਟਾ? ਨਾ ਖਾਵਾਂਗੇ ਨਾ ਖਾਣ ਦਿਆਂਗੇ। ਤੁਸੀਂ ਬਜ਼ੁਰਗ ਮਸ਼ਵਰਾ ਦੇਣ ਨੂੰ ਹੀ ਹੋਏ ਹੋ। ਤੂੰ ਕੀ ਚਮਚੀ ਨਾਲ ਹਾਕੀ ਖੇਡਣ ਲੱਗ ਪਏ? ਯਾਰ ਸਾਈਕਲ ਕਰਾਉਣਾ ਨਹੀਂ ਮੈਂ, ਓਏ ਉਸਤਾਦ ਆਪਣੇ ਸਮਝਾ ਲਾ, ਐਵੇਂ ਮੈਨੂੰ ਕਿਧਰੇ ਕੁੱਟ ਖਾਏਗਾ? ਕੌਣ ਕੁੱਟ ਖਾਏਗਾ? ਤਮੀਜ਼ ਨਾਲ ਗੱਲ ਕਰ। ਉਹ ਫੜ ਲਾ, ਕੌਲੀ ਵੀ ਨਾ ਰਗੜ ਜਾਵੇ। ਇਹ 20 ਰੁਪਏ ਤਾਂ ਮੈਨੂੰ ਬਣਾ ਦੇ। 20 ਰੁਪਏ ਮੈਨੂੰ ਬਣਾ ਦੇ, ਮੇਰੇ 20 ਰੁਪਏ ਹੈਗੇ ਨੇ। ਉਹ ਤੈਨੂੰ ਮੈਂ ਕਿਹਾ ਤੂੰ ਖਾ ਗਿਆ, ਤੂੰ ਮੈਨੂੰ ਕਿਉਂ ਨਹੀਂ ਖਾਣ ਦਿੱਤਾ? ਤੂੰ ਮੈਂ ਅੱਧੇ ਪੱਲੇ ਤੂੰ ਖਾ ਗਿਆ, ਅੱਧੇ ਪੱਲੇ ਤੂੰ ਖਾ ਗਿਆ, ਸਾਰੇ ਤੂੰ ਰਗੜ ਗਿਆ, ਮੈਨੂੰ ਪੁੱਛਿਆ ਵੀ ਨਹੀਂ। ਸਾਰੇ ਤੂੰ ਰਗੜ ਗਿਆ, ਇਹ ਮੇਰੇ ਪੈਸੇ ਵਾਪਸ ਹੈ, 50 ਰੁਪਏ ਮੈਨੂੰ ਦੇ ਵਿੱਚੋਂ। 50 ਰੁਪਏ ਕਿਉਂ ਦੇ? 80 ਰੁਪਏ ਦਾ, 80 ਰੁਪਏ ਦੀ 80 ਰੁਪਏ ਦੇ, 20 ਰੁਪਏ ਫੜ ਤੇ ਚੱਲ ਨਿਕਲ ਤੂੰ। ਮੈਂ ਨਹੀਂ ਜਾਣਾ ਮੇਰੇ ਉੱਤੇ, ਤੂੰ ਖਾਦੇ ਮੇਰਾ ਬਰਾ ਮੈਨੂੰ ਵਿੱਚੋਂ ਕਿਹੜਾ? ਮੈਂ ਤੈਨੂੰ ਖਾਦੇ ਨੇ ਬਾਬਾ, ਤੂੰ ਵੇਖਿਆ ਨਹੀਂ? ਚੰਗੀ ਤੂੰ ਇੱਧਰ ਹੋ ਜਾ, ਰੇੜੀ ਦਾ ਮਸਲਾ, ਮੇਰੇ ਕਾਰੋਬਾਰ ਦਾ ਮਸਲਾ। ਹਮਾਦ ਪਹਿਲਾਂ ਗਾਹਕ ਆਇਆ, ਮੁਸੀਬਤ ਪਾ ਦੇ, ਪੈਸੇ ਮੈਨੂੰ ਅੱਧੇ ਦੇ, ਅੱਧੇ ਤੂੰ ਵਿੱਚੋਂ ਖਾਦੇ। ਮੈਂ ਨਹੀਂ ਖਾਦੇ, ਮੈਨੂੰ ਕਸਮ ਚੁਕਾ ਲਾ ਜੇ ਮੈਂ ਖਾਦੇ ਹੋਣ। ਕਸਮ ਕੀ ਚੁਕਾਵਾਂ, ਕੋਲੀਆਂ ਚੁੱਕ ਚੁੱਕ ਕੇ ਤੂੰ ਮੇਰੀਆਂ ਖਾ ਗਿਆ। ਇੰਨੇ ਬੰਦੇ ਖਲੋਤੇ, ਕੋਈ ਦੱਸੋ ਜੀ ਮੈਂ ਖਾਦੇ? ਮੈਂ ਖਾਦੇ ਨਾ ਭੱਲੇ? ਅੱਛਾ ਅੱਛਾ, ਤੂੰ ਤੇ ਇਸੇ ਕੰਮ ਆਇਆ। ਮੈਂ ਨਹੀਂ ਖਾਦੇ, ਇਹਨਾਂ ਨੇ ਖਾਦੇ ਤੁਹਾਡੇ ਸਾਹਮਣੇ। ਕੌਲੀ ਇੰਜ ਸੁੱਟੀ ਅੰਦਰ ਜਿਵੇਂ ਇਹਨੇ ਕੱਪੜਿਆਂ ਦਾ ਦੋਦ ਲੈ ਸੁੱਟਿਆ। ਆ ਵੇਖੋ ਮੇਰੇ ਕੱਪੜੇ ਗੰਦੇ ਕੀਤੇ, ਇਹਨੂੰ ਸਿਰਫ ਲੈਣਾ। ਯਾਰ ਤੂੰ ਕੰਧੇ ਤੇ ਬਹਿ ਜਾ ਮੇਰੇ। ਯਾਰ ਕੀ ਉੱਤਰ, ਮੇਰੇ ਸਾਰੇ ਮੈਨੂੰ ਵੇਖਣ ਆ ਗਏ ਹੋ, ਚੜ ਜਾ ਕਿੱਥੇ? ਲੈ ਆਹੋ, ਨਾ ਨਾ ਤੂੰ ਨਾ ਚੱਕੀ, ਤੈਨੂੰ ਅੱਲਾ ਚੁੱਕੂ, ਇੱਧਰ ਨਾ ਜਾਈ। ਚਲੋ ਭਾਜੀ ਜਾਓ, ਰੇੜੀ ਤੇ ਤੁਹਾਡਾ ਮੈਂ ਯਾਰ, ਮੈਂ ਜਾਣਾ, ਮੈਨੂੰ 50 ਰੁਪਏ ਹੋਰ ਦੇ, ਜਾਂ ਮੈਨੂੰ ਦਹੀਂ ਭੱਲੇ ਹੋਰ ਦੇ। ਤੂੰ ਇਸ ਤਰ੍ਹਾਂ ਕਰ, ਤੂੰ ਨਹੀਂ ਜਾਣਾ। ਐ ਲੈ ਮੇਰਾ ਭਰਾ, ਐ ਲੈ ਫੜ, ਚੱਲ ਜਾ। ਇੱਕ ਚਨੇ ਹੈਗੇ ਖਾ, ਇੱਕ ਚਨੇ ਖਾ, ਚੱਲ ਜਾ ਸ਼ਾਬਾਸ਼। ਇੱਕ ਚਨੇ ਖਾ ਖੂ ਨਹੀਂ ਯਾਰ। ਓ ਯਾਰ ਭਾਈ, ਇਹ ਤੇ ਗਾਹਕੀ ਦਾ ਮਸਲਾ, ਜਾ ਤੇਰੀ ਮਿਹਰਬਾਨੀ। ਟਾਈਮ ਹੋ ਗਿਆ, ਮੇਰੇ ਪੈਸੇ ਖਾ ਗਏ ਵਿੱਚੋਂ। ਪੈਸੇ ਬਾਅਦ ਚ ਖਾ ਲੈਣੇ, ਇੱਕ ਮਿੰਟ ਯਾਰ। ਭਾਜੀ ਭਾਜੀ, ਇੱਕ ਮਿੰਟ ਠਹਿਰੋ ਤੁਸੀਂ। ਚਾਹ ਭਾਜੀ, ਰੇੜੀ ਤੋਂ ਰਾਸ਼ ਮੰਗਾਓ, ਤੁਹਾਡੀ ਮਿਹਰਬਾਨੀ। ਮੈਨੂੰ ਪੈਸੇ ਦੇ, ਮੈਂ ਤੁਹਾਨੂੰ ਦੱਸਣ ਡਿਆ ਯਾਰ, ਮੈਂ ਪੈਸੇ ਕਾਹਦੇ ਪੱਲੇ ਜੀ ਖਾਣੇ ਨੇ? ਨਹੀਂ ਝੂਠੇ ਦਿੰਦੇ ਨਹੀਂ, ਵਿੱਚੋਂ ਅੱਧੇ ਆਪ ਖਾ ਜਾਂਦੇ ਨਹੀਂ। ਹਾਂ ਚਾਚਾ, ਸੁਦਾਦਾ ਲੱਗਿਆ। ਇਹ ਤਾਂ ਬੱਚਾ ਤੇ, ਇਹ ਤਾਂ ਚੂਈ ਦਾ ਕੱਛਾ ਹੈ ਨਾ।
ਅੱਜ ਮੇਲੇ 'ਚ ਆਇਆ ਕੰਮ ਦਾ ਜੋ ਕਰਦਾ ਚੋਈ ਦਾ ਕੱਛਾ ਮੈਂ ਹਾਥੀ ਦਾ ਪੈਂਪਰ ਤੇ ਨਹੀਂ ਨਾ ਮੈਂ ਨਾ ਬੜੀ ਬਰਦਾਸ਼ਤ ਕਰ ਲੀਆਂ ਤੇਰੀਆਂ ਗੱਲਾਂ ਕੀ ਬਰਦਾਸ਼ਤ ਕੀਤੀਆਂ ਹੁਣ ਬੱਸ ਕਰਦੇ ਤੇ ਮੇਰਾ ਦਿਮਾਗ ਨਾ ਖਰਾਬ ਤੂੰ ਵੀ ਮੇਰਾ ਦਿਮਾਗ ਨਾ ਖਰਾਬ ਕਰ ਅੱਛਾ ਤੂੰ ਸਮਝ ਯਾ ਤੂੰ ਮੇਰੇ ਪੈਸੇ ਦੇ ਜਾਂ ਮੈਨੂੰ ਮੇਰੇ ਦਹੀਂ ਭੱਲੇ ਵਿੱਚੋਂ ਦੇ ਅੱਧੇ ਤੂੰ ਖਾ ਗਿਆ ਇਹਨਾਂ ਵਿੱਚੋਂ ਤੇ ਤੂੰ ਬਾਕੀ ਤੇ ਖਾਦੇ ਨਾ ਤੂੰ ਅੱਧੇ ਤੇ ਤੂੰ ਖਾਦੇ ਨੇ ਬਾਕੀ ਤੇ ਤੂੰ ਖਾਦੇ ਨੇ ਪੈਸੇ ਤੈਨੂੰ ਦੇਈਏ ਖਾਦੇ ਨੇ ਨਾ ਆਹੋ ਪੈਸੇ ਦੇ ਨਹੀਂ ਦੇਣੇ ਪੈਸੇ ਐਂਡ ਇਹਨੇ ਕੀਤਾ ਐਂਡ ਇਹ ਚੁੱਟੀ ਨਹੀਂ ਇਹਦੇ ਬੰਦ ਐਂਡ ਪਿਆਲੀ ਇੰਜ ਸੁੱਟੀ ਮੈਂ ਤਾਂ ਕੌਲੀ ਫੜੀ ਨਹੀਂ ਤੇ ਉਹ ਅੰਦਰ ਲੰਘ ਜਾਣੀ ਸੀ ਐਂਡ ਕਿੰਨੇ ਕੀਤਾ ਐਂਡ ਕਿੰਨੇ ਕੀਤਾ ਇਹ ਮੇਰਾ ਟੇਕਨ 3 ਜਿੰਨਾ ਮੈਂ ਐਂਡ ਕਰਨਾ ਸੀ ਮੇਰਾ ਭਰਾ ਪੈਸੇ ਦੇ ਉਹ ਪੈਸੇ ਭਾਈ ਹੈ ਨਹੀਂ ਚਲੋ ਪੱਲੇ ਤੁਸੀਂ ਖਾ ਅੱਧੇ ਵਿੱਚੋਂ ਨਹੀਂ ਭਲੇ ਦੇ ਮੈਨੂੰ ਅੱਧੇ ਅੱਧੇ ਹੁਣ ਸਾਰੀ ਭਰਾ ਤੈਨੂੰ ਅੱਧੀ ਦੇ ਦਵਾਂ ਚੁਕਾ ਕੇ ਵੀ ਯਾਰ ਤੇ ਆ ਤੇਰੀ ਮਿਹਰਬਾਨੀ ਉਹ ਹੈ ਨਹੀਂ ਤੈਨੂੰ ਮੈਂ ਦੱਸਾਂ ਤੈਨੂੰ ਕਿਉਂ ਨਹੀਂ ਹੈਗਾ ਤਮੀਜ਼ ਨਾਲ ਗੱਲ ਕਿਉਂ ਨਹੀਂ ਹੈਗਾ ਨਹੀਂ ਹੈਗੇ ਪੈਸੇ ਵਜਾ ਯਾਰ ਇਹਦਾ ਕੀ ਕਰਨਾ ਹੀ ਆ ਪੰਗਾ ਹੀ ਪਾ ਬੈਠੇ ਅਸੀਂ ਕੀ ਮੁਸੀਬਤ ਮੈਨੂੰ ਨਾ ਮੇਰੇ ਪੈਸੇ ਦੇ ਮੈਂ ਇਹ ਮਿਰਚਾਂ ਚੁੱਕ ਕੇ ਤੁਹਾਡੀਆਂ ਅੱਖਾਂ 'ਚ ਪਾ ਦੇਣਾ ਤੇ ਮੈਂ ਤੁਹਾਡੇ ਪੈਸੇ ਸਾਰੇ ਲੈ ਕੇ ਤੋੜ ਜਾਣੇ ਮੈਂ ਮਿਰਚਾਂ ਪਤਾ ਤੇਰੀਆਂ ਅੱਖਾਂ 'ਚ ਕਿਉਂ ਨਹੀਂ ਪਾਉਂਦਾ ਤੇਰਾ ਮੂੰਹ ਵੱਡਾ ਤੇਰੀਆਂ ਅੱਖਾਂ 'ਚ ਆਉਣੀਆਂ ਨਹੀਂ ਨਹੀਂ ਤੇ ਮੈਂ ਇੱਥੋਂ ਚੁੱਕ ਕੇ ਕੁਝ ਜੀ ਤੇਰੀ ਮੈਂ ਧੌਣ ਫਸਾ ਕੇ ਨਾ ਉਹ ਕਸੁੰਨ ਤੈਨੂੰ ਮਾਰਨੇ ਨੇ ਤੈਨੂੰ ਪਤਾ ਲੱਗ ਜਾਣਾ ਵੀ ਗੱਲ ਕੀ ਹੈ ਵਿੱਚ ਮੇਰੀ ਸਮਝ ਗੱਲ ਤੂੰ ਕੁਝਾ ਮਾਰਨਾ ਆ ਪਵਾ ਜਿਹੜਾ ਤੇਰੇ ਮੂੰਹ ਵਰਗਾ ਨਾ ਮੈਂ ਤੇਰੇ ਮੂੰਹ ਤੇ ਰੱਖ ਕੇ ਮਾਰਨਾ ਹੈ ਮੈਨੂੰ ਮੇਰੇ ਪੈਸੇ ਦੇ ਜੇ ਮੈਨੂੰ ਉੱਤੇ ਦਹੀਂ ਭਲੇ ਦੇ ਬਦਤਮੀਜ਼ੀ ਕਿਉਂ ਕਰਨ ਦੇ ਤੂੰ ਮੈਨੂੰ ਜਾਣਦਾ ਨਹੀਂ ਅੱਛਾ ਓਏ ਬੱਚੇ ਨਾ ਨਾ ਖਲੋਤੇ ਹੁੰਦੇ ਹਾਂ ਮੈਂ ਬੱਚਾ ਹੀ ਚੁੱਕਿਆ ਮੈਂ ਤੱਕ ਯਕੀਨ ਕਰਾ ਤੇਰਾ ਭੱਲੇ ਵਰਗਾ ਮੂੰਹ ਜਿਹੜਾ ਨਾ ਇਹਨੂੰ ਫੇਕ ਰੱਖ ਦੇਣਾ ਸੀ ਤੇਰਾ ਮੂੰਹ ਖੁੱਲਾ ਹੁੰਦਾ ਨਾ ਬੱਚਿਆਂ ਨੇ ਅੰਦਰ ਲੰਘ ਜਾਣਾ ਸੀ ਤੇ ਮੈਂ ਉਹਨੂੰ ਸਿਰਫ ਰੋਕਿਆ ਕਿ ਨਹੀਂ ਗਾ ਕੇ ਮੇਰਾ ਦਿਮਾਗ ਨਾ ਖਰਾਬ ਕਰ ਪੈਸੇ ਕੱਢ ਇੱਧਰ ਪੈਸੇ ਕੱਢ ਕਿੰਨੇ ਪੈਸੇ ਸੀ ਤੇਰੇ ਮੇਰੇ 50 ਰੁਪਏ ਵਿੱਚੋਂ ਬਣਦੇ ਨੇ ਮੂੰਹ ਖੋਲ ਚੱਲ 50 ਪੂਰੇ ਹੋਏ ਚੱਲ ਨਿਕਲ ਹੋਣੇ ਤੁੰਨੇ ਤਿੰਨ ਕੁ ਮਿੰਟ ਤੇ ਚੁੱਪ ਰਹੇਗਾ ਕੁਰਬਾਨੀ ਦਾ ਕੋਈ ਗੱਲ ਨਹੀਂ ਪਿਆਰ ਰਹਿੰਦੇ ਹੈਗਾ ਬਾਬਾ ਜਿਵੇਂ ਕੁਰਬਾਨੀ ਦਾ ਸੰਡਾ ਮੈਂ ਕੁਰਬਾਨੀ ਦਾ ਸੰਡਾ ਨਹੀਂ ਹੁੰਦਾ ਤੂੰ ਕੁਰਬਾਨੀ ਦਾ ਖੋਤਾ ਹੈ ਤੈਨੂੰ ਕੋਲ ਹੱਥ ਲਾ ਕੇ ਛੱਡ ਜਾਂਦੇ ਨੇ ਅਗਲੇ ਜਾ ਮੇਰਾ ਭਰਾ ਅੱਲਾ ਤੇਰਾ ਭਲਾ ਕਰੇ ਗਾਕੀ ਦਾ ਟਾਈਮ ਹੈ ਮੇਰਾ ਫੇਰ ਐਵੇਂ ਕਿਤੇ ਮੈਂ ਨਹੀਂ ਜਾਣਾ ਮੇਰੇ ਵਿੱਚੋਂ ਦਹੀਂ ਭਲੇ ਦੇ ਜਾਂ ਮੈਨੂੰ 50 ਰੁਪਏ ਦੇ ਤੂੰ ਚਾਹਨਾ ਕੀ ਹੈ ਯਾਰ ਤੂੰ ਕਿਤੇ ਤਕਲੀਫ ਕੀ ਦੇ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਪੈਸੇ ਚਾਹੀਦੇ ਨੇ ਪੈਸੇ ਤੂੰ ਭੱਲੇ ਨਹੀਂ ਖਾਦੇ ਤੇ ਵਿੱਚੋਂ ਤੇ ਤੂੰ ਨਹੀਂ ਖਾਦੇ ਅੱਧੇ ਮੈਂ ਖਾਦੇ ਤੇ ਅੱਧੇ ਪੈਸੇ ਤੂੰ ਦੇ ਮੈਂ ਤੇ ਸਾਰੀ ਮੈਂ ਦੇ ਤੇਰੇ ਅੱਧੇ ਫੇਰ ਵਿੱਚ ਤੂੰ ਦੇ ਪੈਸੇ ਦੇ ਦਿੱਤੇ ਨੇ ਮੈਂ ਦੇ ਦਿੱਤੇ ਨੇ ਤੇ ਹੁਣ ਕਾਦੀ ਲੜਾਈ ਹੈ ਜਾ ਆਪਣੇ ਘਰ ਨਹੀਂ ਕੋਈ ਨਹੀਂ ਹੈਗੇ ਪੈਸੇ ਚੱਲ ਜਾ ਦੌੜ ਤੂੰ ਓਏ ਮੈਂ ਤੈਨੂੰ ਕਹਿ ਰਿਹਾ ਮੈਨੂੰ ਪੈਸੇ ਦੇ ਮੈਂ ਤੈਨੂੰ ਫੜ ਕੇ ਨਹੀਂ ਦੂੰਗਾ ਪਰੇ ਉਹ ਮੈਂ ਤੈਨੂੰ ਮੈਸਾ